ਖਾਈ ਚ ਡਿੱਗਿਆ ਟਮਾਟਰਾਂ ਨਾਲ ਭਰਿਆ ਟਰੱਕ। ਮੌਕੇ ਤੇ ਲੋਕਾਂ ਨੇ ਦਿਖਾਈ ਇਨਸਾਨੀਅਤ, ਕਟਰ ਨਾਲ ਵੱਢ ਕੇ ਦੋ ਬੰਦਿਆਂ ਨੂੰ ਕੱਢਿਆ ਬਾਹਰ। ਤੇ ਦੱਸਦੇ ਕਿ ਤੇਜ਼ ਰਫਤਾਰ ਟਰੱਕ ਸੀ ਤੇ ਇਸਦਾ ਸੰਤੁਲਨ ਵਿਗੜ ਜਾਂਦਾ, ਜਿਸ ਤੋਂ ਬਾਅਦ ਇਹ ਸਿੱਧਾ ਖਾਈ ਦੇ ਵਿੱਚ ਜਾ ਡਿੱਗਦਾ। ਤਾਂ ਮੌਕੇ ਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਨਸਾਨੀਅਤ ਦਿਖਾਉਂਦੇ ਹੋਏ ਇਹਨਾਂ ਦੋਨਾਂ ਟਰੱਕ ਸਵਾਰਾਂ ਨੂੰ ਬਾਹਰ ਕੱਢਿਆ ਜਾਂਦਾ। ਤਾਂ ਕੜੀ ਮਸ਼ਕਤ ਨਾਲ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ, ਜਿੱਥੇ ਮੌਕੇ ਤੇ ਕਟਰ ਵੀ ਮੰਗਵਾਏ ਜਾਂਦੇ ਨੇ ਤੇ ਕਟਰ ਦੇ ਨਾਲ ਵੱਢ ਕੇ ਇਹਨਾਂ ਨੂੰ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ। ਤਾਂ ਦੱਸਦੇ ਕਿ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਕੀਰਤਪੁਰ ਸਾਹਿਬ ਵੱਲ ਜਾ ਰਿਹਾ ਸੀ ਤਾਂ ਤੇਜ਼ ਰਫਤਾਰ ਦੇ ਨਾਲ ਜਦੇ ਹੇਠਾਂ ਉਤਰ ਰਿਹਾ ਸੀ ਤਾਂ ਮੋੜ ਆਣ ਕਰਕੇ ਡਰਾਈਵਰ ਗੱਡੀ ਦਾ ਸੰਤੁਲਨ ਨਹੀਂ ਬਣਾ ਸਕਿਆ ਤੇ ਗੱਡੀ ਸਿੱਧਾ ਖਾਈ ਦੇ ਵਿੱਚ ਜਾ ਡਿੱਗੀ। ਤਾਂ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਦੋਨੋਂ ਜ਼ਖਮੀ ਹੋ ਗਏ। ਤਾਂ ਗੱਡੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਮਕੈਨਿਕਾਂ ਵੱਲੋਂ ਆਪਣੇ ਕਟਰ ਦੇ ਨਾਲ ਗੱਡੀ ਦੇ ਕੁਝ ਹਿੱਸੇ ਨੂੰ ਕੱਟਿਆ ਗਿਆ, ਜਿਸ ਤੋਂ ਬਾਅਦ ਇਹਨਾਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ। ਤਾਂ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡਾ ਨੁਕਸਾਨ ਹੋਇਆ, ਜਿੱਥੇ ਟਰੱਕ ਪੂਰਾ ਟਮਾਟਰਾਂ ਦੇ ਨਾਲ ਭਰਿਆ ਹੋਇਆ ਸੀ ਤੇ ਖਾਈ ਦੇ ਵਿੱਚ ਡਿੱਗ ਗਿਆ ਤਾਂ ਸਾਰੇ ਟਮਾਟਰ ਇਸਦੇ ਉੱਥੇ ਡਿੱਗ ਜਾਂਦੇ ਨੇ। ਤਾਂ ਲੋਕਾਂ ਦੇ ਵੱਲੋਂ ਮੌਕੇ ਤੇ ਇਨਸਾਨੀਅਤ ਦਿਖਾਉਂਦੇ ਹੋਏ ਕਟਰ ਦੇ ਨਾਲ ਉਸ ਟਰੱਕ ਨੂੰ ਵੱਢਿਆ ਗਿਆ ਤੇ ਫਿਰ ਇਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਦੀ ਜਾਨ ਬਚਾਈ ਗਈ। ਸਾਡੇ ਦੇਣੀ ਇੱਕ ਗੱਡੀ ਪਲਟ ਗਈ ਹੈ, ਟਮਾਟਰਾਂ ਦੀ ਭਰੀ ਜੀ, ਉਹਦੇ ਵਿੱਚ ਦੋ ਬੰਦੇ ਸੀਗੇ, ਦੋਨੋਂ ਸੀਰੀਅਸ। ਇੱਕ ਨੂੰ ਆਪਾਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਅਨੰਦਪੁਰ ਸਾਹਿਬ ਲੈ ਗਏ ਅਤੇ ਦੂਜੀ ਐਂਬੂਲੈਂਸ ਬੁਲਾਈ ਆ, ਉਹਦੇ ਵਿੱਚ ਦੂਜਾ ਬੰਦਾ ਵੀ ਭੇਜ ਦਿੱਤਾ। ਬਾਕੀ ਹੁਣ ਹੋਸਪਿਟਲ ਜਾ ਕੇ ਲੱਗੇ, ਸਾਨੂੰ ਤਰ੍ਹਾਂ ਜਿਸ ਟਾਈਮ ਫੋਨ ਆਇਆ ਸੀ ਤੁਰੰਤ ਇੱਥੇ ਪਹੁੰਚ ਗਏ 5 ਮਿੰਟ 'ਚ, ਅਤੇ ਜੋ ਸਾਡੀ ਕਾਰਵਾਈ ਸੀ ਅਸੀਂ ਕਰ ਦਿੱਤੀ। ਬਿਲਾਸਪੁਰ ਤੋਂ ਟਮਾਟਰਾਂ ਦਾ ਭਰਿਆ ਟੈਂਪੂ ਆ ਰਿਹਾ ਸੀ, ਲੇਕਿਨ ਬਹੁਤ ਰਫਤਾਰ ਸੀ, ਉਹ ਇਹਦੇ ਵਿੱਚ ਗਿਰ ਗਿਆ ਦੇਣੀ ਖਾਲੀ 'ਚ। ਜੋ ਮੋੜ ਆ ਖਤਰਨਾਕ ਮੋੜ ਹੈ, ਕੋਈ ਦੇਖਭਾਲ ਨਹੀਂ ਉਹਦੀ, ਉਸ ਮੋੜ ਦੀ ਕੋਈ ਦੇਖਭਾਲ ਨਹੀਂ, ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ, 2 ਘੰਟੇ ਬੰਦਾ ਬਣਾ ਰੱਖਿਆ। ਬਾਕੀ ਬੰਦਾ ਉੱਦਾਂ ਜਾਨੋ ਠੀਕ ਹੈ, ਬਾਕੀ ਭਾਈ ਫੈਕਚਰ ਤਾਂ ਹੈ। ਇਹ ਮੋੜ ਹਾਦਸਾ ਵਾਪਰਿਆ ਜਿਹਦੇ ਵਿੱਚ ਦੋ ਡਰਾਈਵਰ ਵਿੱਚ ਫਸੇ ਹੋਏ ਸੀ, ਇੱਕ ਪਹਿਲਾਂ ਕੱਢ ਲਿਆ ਅਤੇ ਦੂਸਰਾ ਅਸੀਂ ਕੱਢਣਾ ਕੱਟ ਕੇ ਬਾਹਰ ਕੱਢ ਕੇ ਹੋਸਪਿਟਲ ਸਿਵਲ ਹੋਸਪਿਟਲ ਅਨੰਦਪੁਰ ਸਾਹਿਬ ਭੇਜ ਡਰਾਈਵਰ ਤਾਂ ਭੇਜ ਦਿੱਤਾ ਗਿਆ। ਸੱਟਾਂ ਲੱਤ ਇੱਕ ਫੈਕਚਰ ਹੈ, ਦੂਜੇ ਦੀਆਂ ਦੋਹੇ ਲੱਤਾਂ ਹੈ, ਪਹਿਲਾਂ ਬੇਹੋਸ਼ੀ ਹਾਲਤ ਦੇ ਵਿੱਚ ਨੇ। ਆਪਣੇ ਟਮਾਟਰ ਦਾ ਟਰੱਕ ਆ ਰਿਹਾ ਤਾਂ ਬ੍ਰੇਕਅਪ ਜਾਣੀ ਕਿ ਸਪੀਡ ਥੋੜ੍ਹੀ ਜ਼ਿਆਦਾ ਸੀ, ਉਹਦੀ ਕੰਟਰੋਲ ਨਹੀਂ ਹੋਇਆ, ਇਸ ਕਰਕੇ ਸੀਗਾ ਨੀਚੇ ਖਾਈ 'ਚ ਗਿਰ ਗਿਆ। ਪਰ ਬੰਦੇ ਦਾ ਜਾਣੀ ਕਿ ਅਸੀਂ ਕੱਢ ਲਏ, ਕੱਟਣ ਨਾਲ ਬਚਾ ਬਚੂ ਕਰਨ ਗਈ, ਉੱਪਰੋਂ ਵੜਨ ਕੱਟ ਨਾਲ ਵੜਦਾ, ਅਸੀਂ ਪਿਕਅਪ ਵੜਦੀ, ਉੱਪਰੋਂ ਬੰਦੇ ਕੱਢ ਲਏ, ਦੋਹੇ ਬਚਾਅ ਹੋ ਗਿਆ। ਬਾਕੀ ਅਸੀਂ ਆਪਣੀਆਂ ਇਨਸਾਨੀਆਂ ਦਿਖਾਈ ਵੀ ਠੀਕ ਹੋ ਗਏ, ਬੰਦੇ ਬਾਹਰ ਕੱਢਦੇ ਐਂਬੂਲੈਂਸ 'ਚ ਭੇਜ ਦੇਵਾਂਗੇ।